ਸ਼੍ਰੀਕਾਲ ਬਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਹੈ ਸਾਰਿਆਂ ਦੇ? ਉਮੀਦ ਕਰਦਾ ਠੀਕ ਹੋਵੋਗੇ। ਅੰਦਰ ਹੋਲੋ, ਕੀ ਹਾਲ ਚਾਲ ਹੈ? ਹੈਲੋ 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 ਹੈਲੋ, ਕਿੱਦਾਂ ਜੀ, ਕਿਵੇਂ ਹੋ, ਠੀਕ ਠਾਕ ਹੋ ਸਾਰੇ? ਆ ਜਾਓ ਬਰਾ, ਹੋਰ ਠੀਕ ਠਾਕ ਹੋ ਬਾਈ? ਕਿਸਾਨ ਏਕਤਾ ਜ਼ਿੰਦਾਬਾਦ ਜੀ, ਜ਼ਿੰਦਾਬਾਦ ਜੀ, ਜ਼ਿੰਦਾਬਾਦ, ਆਲਵੇਜ਼ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੂ। ਅਤੇ ਉਮੀਦ ਕਰਦਾ ਬਾਈ ਸਾਰਿਆਂ ਨੂੰ ਠੀਕ ਠਾਕ ਹੋਵੋਗੇ। ਮੈਂ ਅੱਜ ਲਾਈਵ ਨਹੀਂ ਸੀ ਹੋਣਾ ਬਾਈ, ਨਾ ਹੀ ਕੋਈ ਮੇਰਾ ਵਿਚਾਰ ਸੀ ਕੋਈ ਲਾਈਵ ਹੋਣ ਦਾ ਜਾਂ ਕੋਈ, ਕਿਉਂਕਿ ਨਾ ਆਪਾਂ ਕੋਈ ਪੋਸਟਰ ਪ੍ਰਮੋਸ਼ਨ ਕਰਨੀ ਹੈ ਜਾਂ ਕੁਛ ਹੋਰ। ਅੱਜ ਨਾ ਮੈਂ ਸਵੇਰੇ ਸਦਿਆ ਹੋ ਉੱਠਿਆ, ਮੈਨੂੰ ਕਿਸੇ ਮੇਰੇ ਪਿਆਰ ਕੋਈ ਪਿਆਰੇ ਮਿੱਤਰ ਨੇ, ਕੋਈ ਕੈਨੇਡਾ ਤੋਂ ਕੋਈ ਮਿੱਤਰ ਸੀ ਮੇਰੇ ਨਾਲ ਕਾਲਜ ਪੜ੍ਹਿਆ ਹੋਇਆ, ਮੈਨੂੰ ਇੱਕ ਉਹਨੇ ਵੀਡੀਓ ਭੇਜੀ। ਉਹ ਵੀਡੀਓ, ਕਿਉਂਕਿ ਮੇਰਾ ਸੁਭਾਅ ਨਹੀਂ ਹੈਗਾ ਬਾਈ, ਮੈਂ ਅਜੇ ਤੱਕ ਕਦੇ ਕਿਸੇ ਔਰਤ ਨੂੰ ਜਾਂ ਕਦੇ ਕਿਸੇ ਲੇਡੀ ਨੂੰ ਕਦੇ ਕਿਸੇ ਨੂੰ ਗਲਤ ਨਹੀਂ ਬੋਲਿਆ, ਹੈ ਨਾ, ਅਤੇ ਨਾ ਹੀ ਮੇਰਾ ਸੁਭਾਅ ਵੀ ਆਪਾਂ ਯਾਰ ਕਿਸੇ ਨੂੰ, ਹੈ ਨਾ, ਵੀ ਆਊਟ ਆਫ ਦਾ ਵੇ ਜਾ ਕੇ ਵੀ ਕਿਸੇ ਨੂੰ ਟੌਂਚ ਮਾਰੀਏ, ਚਲੋ ਠੀਕ ਹੈ, ਜੋ ਚੱਲੀ ਜਾਂਦਾ ਠੀਕ ਹੈ, ਸਾਡਾ ਕਿਸਾਨੀ ਸੰਘਰਸ਼ ਇੱਕ ਪਾਸੇ ਆ ਅਤੇ ਇਹਨਾਂ ਦਾ ਰੌਲਾ ਰੱਪਾ ਲੜਾਈ ਝਗੜਾ ਇਹ ਇੱਕ ਪਾਸੇ ਨੇ, ਠੀਕ ਹੈ, ਵੀ ਆਪਾਂ ਕਦੇ ਕਿਸੇ ਨਾਲ ਵੀ ਆਪਾਂ ਨੂੰ ਇਹ ਹੁੰਦਾ ਵੀ ਚੱਲ ਠੀਕ ਹੈ ਯਾਰ, ਜੋ ਜਿਹੋ ਜਿਹੀ ਭਕਾਈ ਮਾਰੂਗਾ ਉਹ ਜਿਹਾ ਰਿਜ਼ਲਟ ਲੈ ਲਓ। ਮੈਂ ਅੱਜ ਪਰ ਸਵੇਰੇ ਜਦੋਂ ਮੈਂ ਉਹ ਵੀਡੀਓ ਦੇਖੀ ਤਾਂ ਮੈਨੂੰ ਗੁੱਸਾ ਬਹੁਤ ਚੜਿਆ। ਅਤੇ ਉਹ ਵੀਡੀਓ ਸੀਗੀ, ਆ ਕੋਈ ਸੀਗੀ ਪਾਇਲ ਰੋਹਤਾਂਗੀ, ਪਤਾ ਨਹੀਂ ਕੌਣ ਰੋਹਤਾ, ਕੀ ਨਾਂ ਉਹਦਾ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕੀ ਨਾਂ ਹੈ। ਉਹ ਕਹਿ ਰਹੀ ਸੀਗੀ ਆਪਣੇ ਇੱਧਰੋਂ ਕਲਾਕਾਰ ਨੇ ਪੰਜਾਬ ਦੇ, ਵਧੀਆ ਵਿਚਾਰੇ ਉੱਗੇ ਹੋਏ ਨੇ, ਵਧੀਆ ਯਾਰ ਮਿਹਨਤੀ ਬੰਦੇ ਨੇ ਸਾਰੇ, ਹੈ ਨਾ, ਤੂੰ ਖਾਲਿਸਤਾਨੀ ਹੈ, ਤੂੰ ਟੈਰਰਿਸਟ ਹੈ, ਤੂੰ ਫਲਾਨਾ, ਤੂੰ ਧਮਕਿਆ ਵੀ ਸਾਲੀ। ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਯਾਰ, ਜਿਹੜਾ ਜਮਾਂ ਸਿਰ ਦਾ ਚਾਵਲ ਹੁੰਦਾ ਬੰਦਾ, ਹੈ ਨਾ, ਮੈਂ ਸੋਰੀ ਟੂ ਸੇ, ਅੱਜ ਮੈਂ ਥੋੜ੍ਹਾ ਜਿਹਾ ਮੈਨੂੰ ਖਿਝ ਵੀ ਚੜ੍ਹੀ ਹੋਈ ਹੈ, ਹੈ ਨਾ, ਅਤੇ ਸ਼ਾਇਦ ਮੇਰੇ ਤੋਂ ਕੋਈ ਕੁਛ ਮਿਸਬਿਹੇਵ ਜਾਂ ਕੁਛ ਗੱਲਾਂ ਇਹੋ ਜਿਹੀਆਂ ਕਹੀਆਂ ਜਾਣੀਆਂ ਜਿਹੜੀਆਂ ਮੈਂ ਯਾਨੀ ਕਿ ਸੋਸ਼ਲੀ ਆਪਾਂ ਨਹੀਂ ਕਹਿ ਸਕਦੇ, ਪਰ ਮੈਨੂੰ ਸੱਚੀ ਹੋਈ ਬੁਰਾ ਲੱਗਿਆ, ਟੋਟਲੀ ਹਰਟ। ਅਤੇ ਮੈਂ ਦੇਖ ਰਿਹਾ ਵੀ ਯਾਰ ਇੱਕ ਬੰਦਾ ਪੱਗ ਬੰਨ ਕੇ ਕੋਈ ਕੰਮ ਕਰ ਰਿਹਾ, ਹੈ ਨਾ, ਇਹਦਾ ਮਤਲਬ ਹੈ ਉਹ ਖਾਲਿਸਤਾਨੀ ਹੈ, ਉਹ ਟੈਰਰਿਸਟ ਆ, ਤੁਸੀਂ ਝੰਡੇ ਚੱਕੀ ਫਿਰੋ, ਤੁਸੀਂ ਪਾਰਟੀਆਂ ਬਣਾ ਕੇ ਪ੍ਰਮੋਟ ਕਰੀ ਜਾਓ ਵੀ ਫਲਾਨੀ ਪਾਰਟੀ ਨੂੰ ਸਪੋਰਟ, ਅਸੀਂ ਤੁਹਾਨੂੰ ਕਿਹਾ ਵੀ ਤੁਸੀਂ ਟੈਰਰਿਸਟ ਹੋ, ਜੇ ਅਸੀਂ ਇੱਕ ਫੋਟੋ ਚੱਕ ਲਈ ਅਸੀਂ ਕਿਸਾਨਾਂ ਦੇ ਹੱਕ 'ਚ ਬੋਲ ਪਏ ਤਾਂ ਅਸੀਂ ਟੈਰਰਿਸਟ ਹੋ ਗਏ, ਠੀਕ ਹੈ ਨਾ, ਇਹ ਕਿੱਥੋਂ ਦਾ ਅਸੂਲ ਹੈਗਾ? ਨਾਲੇ ਬੋਲਦਾ ਵੀ ਉਹ ਹੈ ਵੀ ਜਿਹੜਾ ਜਮਾਂ ਸਿਰ ਦਾ ਚਾਵਲ ਨਾਲ ਜਿਹਨੂੰ ਦੁੱਕੀ ਕੋਈ ਸਾਲਾ ਪੁੱਛਦਾ ਨਹੀਂ, ਪਤਾ ਨਹੀਂ ਕਦਾ ਰੋਲ ਕੀਤਾ ਹੋਣਾ, ਪਤਾ ਨਹੀਂ ਨਾ ਕੀਤਾ ਹੋਣਾ, ਠੀਕ ਹੈ ਨਾ, ਜਿਹੜੇ ਤੁਸੀਂ ਅੱਜ ਬਕਵਾਸ ਕਰ ਰਹੇ ਹੋ ਸਾਰੇ, ਜਿਹੜੇ ਬੋਲ ਰਹੇ ਹੋ ਵੀ ਐਂ ਆ ਫਲਾਨਾ ਧਮਕਾ, ਠੀਕ ਹੈ ਨਾ, ਕਦੇ ਖੇਤੀ ਕਰਕੇ ਦੇਖਿਓ, ਗਰਾਊਂਡ ਰਿਐਲਿਟੀ 'ਤੇ ਆ ਕੇ ਅਤੇ ਗਰਾਊਂਡ 'ਤੇ ਆ ਕੇ ਦੇਖਿਓ, ਇੱਕ ਫਸਲ ਬੀਜਣ 'ਤੇ, ਠੀਕ ਹੈ, ਉਹਨੂੰ ਪਾਲਣ 'ਤੇ, ਉਹਨੂੰ ਵੱਢਣ 'ਤੇ ਕਿੰਨੀ ਮਿਹਨਤ ਲੱਗਦੀ ਹੈ ਅਤੇ ਕਿੰਨਾ ਜ਼ੋਰ ਲੱਗਦਾ, ਅਤੇ ਉਸ ਫਸਲ ਵਾਲੇ ਨੂੰ, ਉਸ ਮਿਹਨਤ ਕਸ਼ ਬੰਦੇ ਨੂੰ ਤੁਸੀਂ ਸਾਲੇ ਉਹ ਕਹਿ ਰਹੇ ਹੋਗੇ ਵੀ ਤੁਸੀਂ ਖਾਲਿਸਤਾਨੀ ਹੋ, ਤੁਸੀਂ ਟੈਰਰਿਸਟ ਹੋ, ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ, ਸ਼ਰਮ ਦਾ ਘੱਟ ਹੈ। ਨਾਲ ਤੁਸੀਂ ਗੱਲਾਂ ਕਰ ਰਹੇ ਹੋ ਵੀ ਆਹ ਬਾਲੀਵੁੱਡ ਫਲਾਨਾ ਧਮਕਾ, ਬਾਲੀਵੁੱਡ ਦੀ ਢੂਹੀ ਨਹੀਂ ਮਾਰੀ ਅਸੀਂ ਕਿਸੇ ਨੇ, ਠੀਕ ਹੈ ਨਾ, ਸਾਡੇ ਬਾਲੀਵੁੱਡ ਤੋਂ ਵੀ ਤਾਂ ਦੇ ਲੋਕ ਜਾਣਦੇ ਨੇ, ਠੀਕ ਹੈ ਨਾ, ਹਜੇ ਤੱਕ ਜਿੰਨੇ ਇੱਥੋਂ ਪੰਜਾਬ ਦੇ ਆਰਟਿਸਟ ਹੈ, ਓਵਰਆਲ ਵਰਲਡ ਮੁੱਛ ਖੜੀ ਹੈ ਉਹਨਾਂ ਦੀ ਸਾਰਿਆਂ ਦੀ, ਠੀਕ ਹੈ ਨਾ, ਸਾਡੀ ਗੱਲ ਕਰੋ, ਬਾਲੀਵੁੱਡ ਨੂੰ ਅਸੀਂ ਜੁੱਤੀ ਦੇ ਬਰਾਬਰ ਵੀ ਨਹੀਂ ਸਮਝਦੇ ਕਿਸੇ, ਠੀਕ ਹੈ ਨਾ, ਨਾ ਸਾਨੂੰ ਕੋਈ ਇਹੋ ਜਿਹੀਆਂ ਚੱਟ ਕੇ ਅਸੀਂ ਕਿਸੇ ਤੋਂ ਫਿਲਮਾਂ ਲਈਆਂ, ਨਾ ਕਦੇ ਕਦੇ ਅਸੀਂ ਇਹੋ ਜਿਹਾ ਕੰਮ ਕੀਤਾ, ਠੀਕ ਹੈ ਨਾ, ਆਪਦੀ ਅਣਖ 'ਤੇ, ਆਪਣੀ ਇੱਜ਼ਤ 'ਤੇ, ਆਪਦੀ ਆਬਰੂ 'ਤੇ ਜਿਉਂ ਹਾਂ ਜਿੰਨਾ ਚਿਰ ਜਿਉਂ ਹਾਂ, ਠੀਕ ਹੈ ਨਾ, ਬਾਲੀਵੁੱਡ ਦੇ ਜਿੰਨੇ ਵੀ ਜੋ ਵੀ ਕਲਾਕਾਰ ਹੈ ਜਿਵੇਂ ਵੀ ਹੈ, ਚੱਲ ਠੀਕ ਹੈ, ਮੇਰਾ ਸੁਭਾਅ ਨਹੀਂ ਮੈਂ ਵੀ ਕਿਸੇ ਦੇ ਮਸਲੇ 'ਚ ਬੋਲਾਂ ਜਾਂ ਕੁਛ ਹੋਰ, ਪਰ ਇਹ ਗੱਲ ਸਾਰੇ ਸਾਡੇ ਵੀ ਯਾਨੀ ਕਿ ਮੈਂ ਕਹਿੰਦਾ ਵੀ ਸਾਡੇ ਸਾਰੇ ਆਰਟਿਸਟਾਂ ਦੀ ਲਾ ਲਓ, ਸਾਰੇ ਪੰਜਾਬੀਆਂ ਦੀ ਲਾ ਲਓ, ਠੀਕ ਹੈ ਨਾ, ਜੇ ਤੁਹਾਨੂੰ ਕੋਈ ਸੱਚੀ ਹੋ ਕੋਈ ਪ੍ਰੋਬਲਮ ਹੈ ਤੁਸੀਂ ਖਾਲਿਸਤਾਨੀ ਕਹਿਣਾ, ਫਿਰ ਸਾਡੇ ਮੂੰਹ 'ਤੇ ਆ ਕੇ ਕਹੋ, ਹੈ ਨਾ, ਸੋਸ਼ਲ ਮੀਡੀਆ 'ਤੇ ਸ਼ਿਟ ਟੌਕ ਕਰਨ ਨਾਲੋਂ
ਇੱਥੇ ਅਸੀਂ ਬੋਰਡ ਲੈ ਕੇ ਦਿੱਲੀ 'ਚ ਬੈਠੇ ਸੀ, ਉੱਥੇ ਆਓ ਜੀ ਨੇ ਕਹਿਣਾ, ਠੀਕ ਹੈ ਨਾ, ਅਸੀਂ ਆਪਦੇ ਪਿੰਡ ਰਹੇ ਨੇ, ਸਾਨੂੰ ਉੱਥੇ ਕਹੋ, ਫੇਸ ਟੂ ਫੇਸ ਕਹੋ। ਭਕਾਈ ਮਾਰ ਕੇ ਕਮਰਾ ਬੰਦ ਕਰਕੇ ਲਾਈਵ ਹੋਣ ਕੇ ਬਕਵਾਸ ਕਰਨ ਲੱਗ ਜਾਂਦੇ ਹੋ ਵੀ ਅਸੀਂ ਆਹ ਕਰਤਾ, ਅਸੀਂ ਉਹ ਕਰਤਾ, ਫਲਾਨਾ ਕਰਤਾ, ਧਮਕਾ ਕਰਤਾ। ਸਾਨੂੰ ਕੋਈ ਲੈਣਾ ਦੇਣਾ ਨਹੀਂ, ਠੀਕ ਹੈ ਨਾ। ਜਿੱਥੇ ਸਾਡੇ ਆਪਦੇ ਹੱਕਾਂ ਦੀ ਗੱਲ ਹੋ, ਉੱਥੇ ਅਸੀਂ ਖੜ੍ਹੇ ਹਾਂ, ਚਾਹੇ ਸਾਨੂੰ ਖਾਲਿਸਤਾਨੀ ਕਹਿ ਲਓ, ਟੈਰਿਸਟ ਕਹਿ ਲਓ, ਜੋ ਮਰਜ਼ੀ ਕਹਿ ਲਓ, ਠੀਕ ਹੈ। ਤੁਹਾਨੂੰ ਯਾਰ ਇੱਕ ਕਹੀ ਚੱਕਣ ਵਾਲਾ ਇਨਸਾਨ ਆਪਦਾ ਘਰ ਬਾਰ ਛੱਡ ਕੇ, ਠੀਕ ਹੈ, ਆਪਦੀਆਂ ਕਣਕਾਂ ਛੱਡ ਕੇ, ਆਪਦੀ ਫਸਲ ਛੱਡ ਕੇ, ਆਪਦਾ ਟੱਬਰ ਛੱਡ ਕੇ, ਆਪਦੇ ਪਰਿਵਾਰ ਛੱਡ ਕੇ ਦਿੱਲੀ ਬੈਠਾ, ਤੁਸੀਂ ਉਹਨੂੰ ਖਾਲਿਸਤਾਨੀ ਕਹੀ ਜਾਂਦਾ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਥੋੜ੍ਹੀ ਬਹੁਤ। ਸਾਲੀ ਐਡੀ ਵੀ ਕੀ ਫੇਮ ਦੇ ਚੱਕਰ, ਐਡੇ ਤਾਂ ਤੁਸੀਂ ਫੇਮਸ ਵੀ ਨਹੀਂ ਹੈਗੇ ਵੀ ਜਾਂ ਕੋਈ, ਤੁਸੀਂ ਐਡੇ ਬਾਲੇ ਘੈਂਟ ਹੋ ਜਿਹੜੇ ਤੁਸੀਂ ਦੂਜੇ ਲੋਕਾਂ ਨੂੰ ਮਾੜਾ ਚੰਗਾ ਕਹੋਗੇ। ਵੀ ਹਾਸਾ ਵੀ ਇਸ ਗੱਲ 'ਤੇ ਆਉਂਦਾ ਵੀ ਯਾਰ ਜਿਹੜਾ ਜਿਹੜਾ ਜਮ੍ਹਾਂ ਠਿਆਨੀ ਬੰਦਾ ਹੁੰਦਾ ਵੀ, ਜਿਹੜੇ ਦੁੱਖੀ ਹੁੰਦੇ ਨੇ, ਜਿਹੜੇ ਜਿਹਨਾਂ ਨੂੰ ਕੋਈ ਸਾਲਾ ਕੋਈ ਪੁੱਛਦਾ ਨਹੀਂ ਹੁੰਦਾ, ਬੈਂਗਣ ਵਿਰਤੀ ਦੇ ਆਦਮੀ ਹੁੰਦੇ ਨੇ, ਜਿਹੜੇ ਆਪਾਂ ਜਿਹਨਾਂ ਨੂੰ ਆਪਾਂ ਬੈਂਗਣਾਂ 'ਚ ਹੀ ਗਿਣਦੇ ਹਾਂ ਵੀ ਇਹ ਤਾਂ ਬੈਂਗਣ ਹੀ ਨੇ ਜਮ੍ਹਾਂ, ਹੈ ਨਾ, ਵੀ ਉਹ ਬੰਦੇ ਵੀ ਯਾਰ ਬਕਵਾਸ ਕਰਦੇ ਨੇ ਯਾਰ। ਕੋਈ ਫਿਲਮ ਨਹੀਂ ਮਿਲਣੀ, ਕੋਈ ਕੁਛ ਹੋਰ ਨਹੀਂ ਮਿਲਣਾ, ਕੋਈ ਕੀ। ਜੇ ਤੁਸੀਂ ਐਡੀ ਸੱਚੀ ਤੁਹਾਨੂੰ ਇੰਨੀ ਨੈਗੇਟਿਵਿਟੀ ਹੈਗੀ ਹੈ, ਤੁਹਾਨੂੰ ਕੋਈ ਹੇਟ ਹੈ, ਅਤੇ ਫਿਰ ਤੁਸੀਂ ਸਿੱਧਾ ਟੱਕਰੋ ਅਗਲੇ ਨੂੰ ਆ ਕੇ, ਮਿਲੋ ਆ ਕੇ। ਕਿਸੇ ਸਿੰਗਰ ਨਾਲ ਪ੍ਰੋਬਲਮ ਹੈ, ਕਿਸੇ ਮੇਰੇ ਨਾਲ ਪ੍ਰੋਬਲਮ ਹੈ, ਕਿਸੇ ਹੋਰ ਨਾਲ ਪ੍ਰੋਬਲਮ ਹੈ, ਤੁਸੀਂ ਜਾ ਕੇ ਅਗਲੇ ਨੂੰ ਜਾ ਕੇ ਹਿੱਕ 'ਚ ਵੱਜੋ, ਕਹੋ ਵੀ ਭਾਈ ਹਾਂ ਤੂੰ ਫਲਾਨਾ ਧਮਕਾ, ਫਿਰ ਤੁਹਾਨੂੰ ਅਗਲਾ ਦੱਸ ਵੀ ਦੇਵੇ, ਠੀਕ ਹੈ। ਟਵੀਟਾਂ 'ਤੇ ਬਕਵਾਸ ਕਰੀ ਜਾਣੀ, ਫਲਾਨੀ ਕਰੀ ਜਾਣੀ, ਧਮਕੀ ਕਰੀ ਜਾਣੀ, ਵੀ ਗੱਲ ਹੈ ਕੋਈ ਇਹ ਕਮਾਲ ਕਰੀ ਜਾਣੀ। ਮੈਂ ਸੱਚੀ ਮੈਂ ਅੱਜ ਜਮੀ ਬਿਲਕੁਲ ਨਹੀਂ ਸੀ ਬੋਲਣਾ ਮੇਰਾ, ਕਿਉਂਕਿ ਮੇਰਾ ਮੈਨੂੰ ਐਂ ਹੁੰਦਾ ਵੀ ਯਾਰ ਚੱਲ ਆਪਾਂ ਜਦੋਂ ਕਿਸੇ ਨੂੰ ਆਪਾਂ ਇਮੋਸ਼ਨਲ ਕਾਇੰਡ ਹੋ ਬੰਦੇ ਹਾਂ ਵੀ ਜਦੋਂ ਕੋਈ ਕਿਸੇ ਨਾਲ ਆਪਾਂ ਸਿਸਟਮ ਦੇ ਵਿੱਚ ਆਉਂਦੇ ਹਾਂ ਨਾ, ਠੀਕ ਹੈ, ਵੀ ਆਪਣੇ ਤੋਂ ਗਲਤ ਕਈ ਵਾਰੀ ਬੋਲਿਆ ਵੀ ਜਾਂਦਾ, ਕੁਛ ਹੋਰ ਵੀ ਹੁੰਦਾ, ਪਰ ਹਰੇਕ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ, ਹਰੇਕ ਚੀਜ਼ ਦੇ ਔਰਾ ਹੁੰਦਾ, ਹਰੇਕ ਚੀਜ਼ ਦੀਆਂ ਬਾਉਂਡਰੀਜ਼ ਹੁੰਦੀਆਂ ਨੇ, ਠੀਕ ਹੈ ਨਾ। ਤਰੀਕੇ ਨਾਲ ਚੱਲੋ ਯਾਰ, ਤੁਸੀਂ ਝੰਡੇ ਚੱਕੀ ਫਿਰਦੇ ਹੋ, ਲਾਲ ਚੱਕੀ ਫਿਰਦੇ ਹੋ, ਅਸੀਂ ਤੁਹਾਨੂੰ ਕਦੇ ਕਿਹਾ ਵੀ ਤੁਸੀਂ ਟੈਰਿਸਟ ਹੋ? ਜੇ ਅਸੀਂ ਕਿਸੇ ਨੇ ਕਿਸਾਨਾਂ ਦੇ ਹੱਕ 'ਚ ਕੋਈ ਪ੍ਰੋਟੈਸਟ ਕਰਤਾ ਜਾਂ ਕੁਛ ਕੁਛ ਕਹਿਤਾ, ਅਸੀਂ ਖਾਲਿਸਤਾਨੀ ਹੋ ਗਏ, ਠੀਕ ਹੈ ਨਾ। ਵੀ ਤੁਸੀਂ ਹਿੰਦੂ ਰਾਸ਼ਟਰ ਕਹਿ ਰਹੇ ਹੋ, ਅਸੀਂ ਕਹਿੰਦੇ ਵੀ ਠੀਕ ਹੈ ਭਾਈ ਭਗਾਈ ਮਾਰੀ ਚੱਲੋ, ਜੇ ਅਸੀਂ ਆਪਦੇ ਪੰਜਾਬ ਨੂੰ ਕੁਛ ਅਸੀਂ ਤਾਂ ਕੁਛ ਕਿਹਾ ਵੀ ਨਹੀਂ ਇੱਦਾਂ ਦਾ, ਤੁਸੀਂ ਟੈਰਿਸਟ ਕਹਿਣ ਲੱਗ ਗਏ। ਟੈਰਿਸਟ ਦੀ ਤੁਹਾਨੂੰ ਹਜੇ ਤੱਕ ਡੈਫੀਨੇਸ਼ਨ ਨਹੀਂ ਪਤਾ ਵੀ ਟੈਰਿਸਟ ਹੁੰਦਾ ਕੀ ਹੈ, ਠੀਕ ਹੈ। ਜਿਨ੍ਹਾਂ ਨੇ ਹਣਾਈਆਂ ਨੇ ਤਨ 'ਤੇ, ਠੀਕ ਹੈ, ਸਾਡੇ ਪੰਜਾਬ ਨੇ ਉਹ ਟਾਈਮ ਵੀ ਦੇਖਿਆ। ਮੈਂ ਇਹਦੀ ਇੱਕ ਵੀਡੀਓ ਦੇਖ ਰਿਹਾ ਸੀ, ਮੈਨੂੰ ਉਹ ਵੀ ਸੋਸ਼ਲ ਮੀਡੀਆ 'ਤੇ ਮਿੱਤਰ ਨੇ ਭੇਜੀ ਸੀ, ਤੇਰੇ 'ਤੇ ਇੱਕ ਦਿਨ ਤੂੰ ਜੇਲ੍ਹ, ਇੱਕ ਦਿਨ ਤੂੰ ਥਾਣੇ 'ਚ ਕੱਟਿਆ, ਥਾਣੇ 'ਚ ਕੱਟਣ ਤੇਰਾ ਮੂੰਹ ਭੰਗੋ ਵਰਗਾ ਹੋ ਗਿਆ ਸੀ, ਠੀਕ ਹੈ ਨਾ। ਬਕਵਾਸ ਕਰੀ ਜਾਂਦੇ ਹਾਂ ਵੀ, ਅਤੇ ਸਾਡੇ ਬੰਦਿਆਂ ਨੇ 40-40 ਸਾਲ, 50-50 ਸਾਲ ਜੇਲ੍ਹਾਂ 'ਚ ਕੱਟਿਆ, ਠੀਕ ਹੈ ਨਾ। ਅਤੇ ਹੁਣ ਜਿਹੜੇ ਸੜਕਾਂ 'ਤੇ ਬੈਠੇ ਉਹਨਾਂ 'ਤੇ ਵੀ ਪਤਾ ਨਹੀਂ ਕਿਹੜੇ ਪਰਚੇ ਪਏ ਨੇ, 307-302 ਚੱਲ ਰਹੇ ਨੇ ਉਹ, ਠੀਕ ਹੈ ਨਾ। ਸੋ ਬਕਵਾਸ ਨਾ ਕਰਿਆ ਕਰੋ ਮੇਰਾ ਵੀਰ, ਠੀਕ ਹੈ। ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਫਾਰਮਰ, ਜਮ੍ਹਾਂ ਨਾ ਤੁਸੀਂ ਹੱਕ 'ਚ ਜਮ੍ਹਾਂ ਨਾ ਬੋਲੋ, ਪਰ ਬਕਵਾਸ ਓਪੋਜ਼ਿਟ ਬਕਵਾਸ ਨਾ ਕਰਿਆ ਕਰੋ, ਠੀਕ ਹੈ। ਕੋਈ ਤੁਹਾਨੂੰ ਕੋਈ ਆ ਬਸ, ਸਾਨੂੰ ਨਾ ਤੁਹਾਡੇ ਕੋਈ ਬਾਲੀਵੁੱਡ ਦੀ ਠੰਡ ਹੈ, ਠੀਕ ਹੈ। ਬੜੇ ਘੈਂਟ ਹੋਵੋਗੇ ਤੁਸੀਂ, ਹੋਵੋਗੇ ਆਪਦੇ, ਸਾਨੂੰ ਕੋਈ ਸਾਡੀ ਜੁੱਤੀ ਦੇ ਯਾਦ ਨਹੀਂ, ਤੁਹਾਡੀ ਠੰਡ ਨਹੀਂ ਹੈਗੀ ਕਿਸੇ ਦੀ, ਠੀਕ ਹੈ। ਆਪਦੀਆਂ ਫਿਲਮਾਂ ਕਰਨੀਆਂ ਕਰੋ, ਨਾ ਤੁਹਾਡੇ ਬਾਲੀਵੁੱਡ ਤੋਂ ਅਸੀਂ ਕੁਛ ਲਿਆ ਨਾ। ਚਲ ਤੁਸੀਂ ਚਲੋ ਬਾਲੀਵੁੱਡ ਤਾਂ ਚੱਲ ਵੱਡੇ ਬੰਦੇ ਜਿਹੜੇ ਇਸ ਵਕਤ ਚੱਲ ਰਹੇ ਨੇ ਉਹ ਤਾਂ ਕਹਿਣ ਤਾਂ ਕਹਿਣ, ਸਾਲੀਆਂ ਜਿਹੜੀਆਂ ਲੀਡਾਂ ਫਕੀਰਾਂ ਜਿਨ੍ਹਾਂ ਨੂੰ ਕੋਈ ਸੀਰੀਅਲ 'ਚ ਰੋਲ ਨਹੀਂ ਦਿੰਦਾ, ਉਹ ਬੰਦਾ ਕਹਿ ਰਿਹਾ ਸਾਡੇ ਬਾਲੀਵੁੱਡ ਨੇ ਫਲਾਨਾ ਧਮਕਾ, ਜਿਹੜੇ ਆਪ ਦੁੱਖੀ ਨੇ ਉਹ ਦੂਜਿਆਂ ਨੂੰ ਦੱਸ ਰਹੇ ਨੇ, ਠੀਕ ਹੈ ਨਾ। ਆਪਦਾ ਕੰਮ ਕਰੋ ਮੇਰਾ ਵੀਰ, ਤੁਸੀਂ ਐਡੇ ਘੈਂਟ ਨਹੀਂ ਹੈਗੇ ਵੀ ਤੁਸੀਂ ਲੋਕਾਂ ਨੂੰ ਸਲਾਹ ਦਿਓ, ਠੀਕ ਹੈ ਨਾ। ਵੀ ਅਸੀਂ ਗੱਲਾਂ ਅਸੀਂ ਬਹੁਤ ਕਰਦੇ ਹਾਂ, ਪਰ ਅਸੀਂ ਆਪਦੇ ਪੈਰਾਂ ਸਿਰ ਹੋ ਕੇ ਕਰਦੇ ਹਾਂ, ਆਪਦੇ ਦਮ 'ਤੇ ਹੋ ਕੇ ਕਰਦੇ ਹਾਂ, ਠੀਕ ਹੈ ਨਾ। ਆਹ ਚੱਟ ਚਟਈਆ ਕਰਕੇ ਨਹੀਂ ਕਰਦੇ ਹੈਗੇ ਵੀ ਅਸੀਂ ਵੀ ਬਹੁਤ ਘੈਂਟ ਹਾਂ, ਫਲਾਨਾ ਧਮਕਾ, ਕਿਸੇ ਦੇ ਤਲਵੇ ਨਹੀਂ ਚੱਟੇ ਅਜੇ ਤੱਕ, ਠੀਕ ਹੈ ਨਾ। ਆਪਦਾ ਲਿਮਿਟ 'ਚ ਰਹੋ, ਆਪਦਾ ਕੰਮ ਕਰੋ,
ਕੌਣ ਜੇ ਅੱਜ ਤੱਕ ਕੋਈ ਜੇ ਜੇ ਮੈਂ ਇੱਥੋਂ ਤੱਕ ਹੈਗਾ ਮੇਰੀ ਉਸ ਪਿੱਛੇ ਸਟਰਗਲ ਹੈ, ਜੇ ਕੋਈ ਹੋਰ ਬੰਦਾ ਜਿਹਨੂੰ ਤੁਸੀਂ ਬਕਵਾਸ ਕਰ ਰਹੇ ਹੋ ਉਹਦੀ ਵੀ ਸਟਰਗਲ ਹੈ, ਠੀਕ ਹੈ ਨਾ। ਸਾਰੇ ਜਿੱਥੇ ਜਿੱਥੇ ਸਾਡੀ ਗੱਲ ਹੋਊਗੀ ਉੱਥੇ ਸਾਰੇ ਇਕੱਠੇ ਹਾਂ। ਬਾਕੀ ਜੇ ਕਿਸੇ ਨੂੰ ਕੋਈ ਡਿੱਕੀ ਡੁੱਕੀ ਹੋਈ ਆ ਕੱਢਣ ਕਢਾਉਣ ਵਾਲੀ, ਸ਼ਰੇਆਮ ਫੇਸ ਟੂ ਫੇਸ ਆ ਕੇ ਕੱਢੋ, ਇੱਥੇ ਟਵੀਟਾਂ 'ਚ ਪਕਾਈ ਮਾਰੀ ਜਾਂਦੇ ਹੋ। ਮੈਂ ਕਈ ਦਿਨਾਂ 'ਚ ਦੇਖਿਆ ਨਾ ਕਦੇ ਉਹਨੇ ਟਵੀਟ ਪਾਤੀ ਕਦੇ ਉਹਨੇ ਪਵਾਤੀ, ਜਿੱਥੇ ਨੂੰ ਇੰਨੀ ਕੋਈ ਘਬਰਾਹਟ ਹੈਗੀ ਹੈ, ਟੱਕਰੋ ਸਿੱਧੇ ਹੋ ਕੇ, ਠੀਕ ਹੈ। ਸ਼ਰੇਆਮ ਦਿੱਲੀ ਦੀ ਭੀਖੀ ਬਣਾਈ ਪਈ ਆ ਉੱਥੇ ਜੱਟਾਂ ਨੇ, ਠੀਕ ਹੈ ਨਾ। 1000 ਟਰਾਲੀ ਖੜੀ ਆ, ਉਹਨਾਂ ਨੂੰ ਕੱਢ ਲਓ, ਠੀਕ ਹੈ, ਉਹ ਬੈਠੇ ਨੇ, ਠੀਕ ਹੈ ਨਾ। ਜਿਹੜੀ ਗੱਲ ਹੈਗੀ ਹੈ ਜਿੱਥੋਂ ਹਰੇਕ ਡੈਮੋਕਰੇਟਿਕ ਕੰਟਰੀ ਆ, ਸਾਰਿਆਂ ਨੂੰ ਰਾਈਟ ਹੈਗਾ ਪੀਸਫੁਲੀ ਧਰਨ ਦਾ, ਆਪਣੇ ਰਾਈਟਸ ਰੱਖਣ ਦਾ, ਆਪਣੀਆਂ ਗੱਲਾਂ ਕਰਨ ਦਾ, ਠੀਕ ਹੈ। ਜੇ ਕੋਈ ਤੁਸੀਂ ਧਰਨਾ ਲਾਉਂਦਾ ਧਰਨਾ, ਜੇ ਅਸੀਂ ਧਰਨਾ ਲਾਈਏ ਤਾਂ ਅਸੀਂ ਟੈਰਰਿਸਟ ਹੋ ਗਏ ਹਾਂ। ਬਕਵਾਸ ਘੱਟ ਕਰਿਆ ਕਰੋ ਆਪਦੀ, ਜਿਹੜੀ ਆ ਜਿਹੜੇ ਫੋਲੋਅਰ ਫੁੱਲਰ ਹੁੰਦੇ ਨੇ, ਜਿਹੜੇ ਗਾਲਾਂ ਕੱਢਣ ਖਾਤਰ ਹੀ ਆਉਂਦੇ ਹੁੰਦੇ ਨੇ ਨਾ, ਉਹ ਫੋਲੋਅਰਸ ਨਹੀਂ ਹੁੰਦੇ, ਠੀਕ ਹੈ ਨਾ। ਆਹ ਤੁਸੀਂ ਨਵਾਂ ਫੰਡਾ ਛੇੜਿਆ ਵੀ ਕੋਈ ਕਿਸੇ ਮਸ਼ਹੂਰ ਬੰਦੇ ਨੂੰ ਗਾਲ ਕੱਢ ਦਿਓ, ਹਾਂ ਵੀ ਤੂੰ ਫਲਾਨਾ ਤੂੰ ਧਮਕਿਆ ਤੂੰ ਇਹ ਹੈ ਵੋ ਹੈ, ਕਮੈਂਟ ਤਾਂ ਆ ਸਕਦੇ ਨੇ ਪਰ ਉਹ ਮਹੀਨਾ ਕੀ ਆਉਣਗੇ, ਤੇ ਉਹ ਵੀ ਗਾਲਾਂ ਕੱਢਣ ਖਾਤਰ ਆਉਣਗੇ, ਠੀਕ ਹੈ ਨਾ। ਆਪਦੀ ਜ਼ਬਾਨ ਆਪਣੀ ਇੱਜ਼ਤ ਆਪਦੇ ਕੰਟਰੋਲ 'ਚ ਰੱਖੋ। ਸਾਨੂੰ ਸਾਰਿਆਂ ਨੂੰ ਪਤਾ ਹਰੇਕ ਬੰਦੇ 'ਚ ਕਮੀਆਂ ਹੁੰਦੀਆਂ, ਸਾਨੂੰ ਤੁਹਾਡਾ ਵੀ ਪਤਾ ਤੁਸੀਂ ਕਿੰਨੇ ਕੁ ਜੋਗੀ ਹੋ, ਠੀਕ ਹੈ ਨਾ। ਵੀ ਸਾਡੀ ਪਰ ਇਹ ਫਿਤਰਤ ਨਹੀਂ ਵੀ ਅਸੀਂ ਕਿਸੇ ਨੂੰ ਓਵਰ ਦਾ ਲਿਮਿਟ ਜਾ ਕੇ ਕਿਸੇ ਨੂੰ ਮਾੜਾ ਚੰਗਾ ਕਹੀਏ, ਠੀਕ ਹੈ। ਅਸੀਂ ਚੁੱਪ ਹਾਂ, ਸਾਨੂੰ ਚੁੱਪ ਰਹਿਣ ਦਿਓ ਐਵੇਂ। ਜੇ ਤੁਹਾਨੂੰ ਕੋਈ ਸੱਚੀਓ ਪ੍ਰੋਬਲਮਾਂ ਬੋਲਣੀਆਂ ਤੁਸੀਂ ਫੇਸ ਟੂ ਫੇਸ ਆ ਕੇ ਬੋਲੋ, ਫਿਰ ਤੁਹਾਨੂੰ ਦੱਸਾਂਗੇ ਬੋਲੀ ਦਾ ਕਿਵੇਂ ਹੁੰਦਾ, ਤੁਹਾਨੂੰ ਟੈਰਿਸਟ ਦਾ ਮੀਨਿੰਗ ਵੀ ਸਮਝਾਓਗੇ, ਮੀਨਿੰਗ ਕੀ ਹੁੰਦਾ, ਠੀਕ ਹੈ ਨਾ। ਆਪਦਾ ਕੰਮ ਕਰੋ, ਠੀਕ ਹੈ। ਉਹ ਉੱਥੇ ਵਿਚਾਰੇ ਕਿਸਾਨ ਬੈਠੇ ਨੇ, ਸਾਡੇ ਸਾਰੇ ਭਰਾ ਬੈਠੇ ਨੇ, ਤੁਸੀਂ ਇੱਥੇ ਤੜਕੇ ਬਲੈਕ ਕੌਫੀ ਪੀ ਕੇ ਲਾਈਵ ਹੋ ਜਾਂਦੀ ਹੋ, ਤੁਹਾਨੂੰ ਨਾ ਤਾਂ ਇਹ ਪਤਾ ਵੀ ਇਹ ਕਣਕ ਦਾ ਭਾਅ ਕੀ ਹੈ ਅਤੇ ਇਹ ਕਣਕ ਉੱਗਦੀ ਕਿਵੇਂ ਹੈ ਅਤੇ ਇਹ ਕਣਕ ਨੂੰ ਪਾਲਣ 'ਤੇ ਕਿੰਨਾ ਜ਼ੋਰ ਅਤੇ ਮਿਹਨਤ ਲੱਗਦੀ ਹੈ, ਠੀਕ ਹੈ ਨਾ। ਜੇ ਪੋਹ ਦੇ ਮਹੀਨੇ ਦੇ ਵਿੱਚ ਗਏ ਤੁਹਾਡੇ ਵਰਗੇ ਤੁਹਾਡੇ ਪਿਓਆਂ ਨੇ ਜਾਂ ਤੁਹਾਡੇ ਭਾਈਆਂ ਨੇ ਪਾਣੀ ਲਾਏ ਹੋਣਗੇ, ਉਹਨਾਂ ਨੂੰ ਪਤਾ ਹੋਊਗਾ ਵੀ ਫਸਲ ਦਾ ਰੇਟ ਕਿਵੇਂ ਹੁੰਦਾ ਅਤੇ ਫਸਲ ਉੱਗਦੀ ਕਿਵੇਂ ਹੈ, ਠੀਕ ਹੈ ਨਾ। ਸੋ ਚਾਵਲਾਂ ਨਾ ਮਾਰਿਆ ਕਰੋ, ਆਪਦਾ ਕੰਮ ਕਰੋ, ਠੀਕ ਹੈ ਨਾ। ਜੇਕਰ ਨੂੰ ਕਿਸੇ ਨੂੰ ਕੋਈ ਡਿੱਕੀ ਹੈ, ਕੋਈ ਰੌਲਾ ਰੱਪਾ ਹੈਗਾ ਕਿਸੇ ਨੂੰ, ਆਹ ਕਮੈਂਟ ਕਮੁੰਟ ਵਾਲਾ, ਤੁਹਾਡੀਆਂ ਟੀਮਾਂ ਤੁਹਾਡੀਆਂ ਵੀ ਬਹੁਤ ਨੇ, ਸਾਡੀਆਂ ਵੀ ਬਹੁਤ ਨੇ, ਮਿਲੋ ਜਿੱਦਣ ਮਿਲਦੇ ਹੋ ਆ ਕੇ, ਠੀਕ ਹੈ ਨਾ। ਭਕਾਈ ਨਾ ਮਾਰਿਆ ਕਰੋ ਬਸ, ਆਹ ਬਕਵਾਸ ਟਵੀਟਾਂ 'ਚ ਮਾੜਾ ਚੰਗਾ ਬੋਲੀਆਂ ਨੂੰ ਕਿਹਦੀ ਫਿਲਮ ਮੋਗਾ ਬੰਦ ਕਰਨਾ ਹੋਇਆ ਸਾਡਾ ਕਰਦੀ, ਜਿਹੜਾ ਸਾਡੀ ਫਿਲਮ ਬੰਦ ਕਰਾ ਦੀ, ਅਸੀਂ ਤਾਂ ਫਿਲਮਾਂ ਕਰਦੀ ਨਹੀਂ, ਸਾਡਾ ਜੋ ਚੱਲਣਾ ਸਾਡੇ ਯੂਟਿਊਬ ਤੋਂ ਚੱਲੀ ਜਾਂਦਾ, ਸਾਡੇ ਤੁਸੀਂ ਜੁੱਤੀ ਦੇ ਯਾਦ ਨਹੀਂ, ਜੋ ਤੁਹਾਡੇ ਤੋਂ ਹੁੰਦਾ ਤੁਸੀਂ ਉਹ ਕਰ ਲਿਓ। ਸਾਡੇ ਗਾਣੇ ਪਹਿਲਾਂ ਵੀ ਐਂ ਚੱਲੀ ਜਾਂਦੇ ਸੀ, ਹੁਣ ਵੀ ਚੱਲਣਗੇ, ਨਹੀਂ ਚੱਲਣਗੇ, ਆਪਦੇ ਜੋਗੀ ਸਾਡੇ ਕੋਲ ਜ਼ਮੀਨ ਹੈਗੀ ਹੈ, ਜ਼ਮੀਨ ਜੋਗੀ ਅਸੀਂ ਹੈਗੇ ਸਾਲਾ, ਸਾਡੇ ਜੇ ਕੋਈ ਜ਼ਮੀਨ ਵੱਲੀ ਬੋਲੂਗਾ ਅਸੀਂ ਦੇਖ ਲਾਂਗੇ, ਠੀਕ ਹੈ ਨਾ। ਸੋ ਆਪਣੀਆਂ ਦੁੱਖੀ ਸਟੇਟਮੈਂਟਾਂ, ਆ ਬਕਵਾਸ ਜਿਹੜੀ ਤੁਸੀਂ ਕਰ ਰਹੇ ਹੋ, ਬੋਲੀਵੁੱਡ ਫਿਲਮਾਂ, ਕੋਈ ਫਿਲਮਾਂ ਬੰਦ ਨਹੀਂ ਮਰੀ ਜਾਂਦੇ, ਠੀਕ ਹੈ, ਸਾਰਾ ਕੁਝ ਸਾਡੇ ਕੋਲ ਆਪਦਾ ਤਾਮਝਾਮ ਹੈਗਾ। ਜੇ ਬਾਕੀ ਕਿਸੇ ਨੂੰ ਕੋਈ ਕੋਈ ਪ੍ਰੋਬਲਮ ਹੋ, ਤੁਹਾਡੀਆਂ ਟੀਮਾਂ ਟੂਮਾਂ ਜਿਹੜੀਆਂ ਵੀ ਹੈਗੀਆਂ, ਟਵੀਟਾਂ ਟਵੂਟਾਂ ਛੱਡੋ, ਮੈਦਾਨ 'ਚ ਆਓ, ਪ੍ਰੋਟੈਸਟ 'ਚ ਆਓ, ਫਿਰ ਤੁਹਾਨੂੰ ਦੱਸਾਂਗੇ ਵੀ ਟੈਰਿਸਟ ਕੀ ਹੁੰਦਾ। ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ, ਗਲਤੀ ਫਲਤੀ ਮਾਫ ਜੇ ਕੁਛ ਕਿਸੇ ਨੂੰ ਕਹਿਣ ਲੱਗਿਆ, ਬਸ ਇਹਨੂੰ ਬਸ ਮੇਰਾ ਇਹੀ ਮੈਸੇਜ ਸੀਗਾ, ਹੋਰ ਮੈਂ ਕੁਛ ਨਹੀਂ, ਮੈਨੂੰ ਬਸ ਸਵੇਰ ਦੀ ਖੇਡ ਸੀਗੀ ਬਾਈ, ਮੈਂ ਲਾਈਵ ਨਹੀਂ ਸੀ ਹੋਣਾ, ਕੁਛ ਵੀ ਕੁਛ ਹੋਰ ਨਹੀਂ। ਜੋ ਵੀ ਇਹ ਲੀਰਾਂ ਨੇ ਬਾਈ, ਮੈਂ ਤੁਹਾਨੂੰ ਵੀ ਇਹ ਕਹਿਣਾ ਵੀ ਇਹ ਲੀਰਾਂ ਨੇ, ਦੁੱਕੀਆਂ ਨੇ, ਇਹਨਾਂ 'ਤੇ ਕਮੈਂਟ ਕਰਕੇ, ਇਹਨਾਂ ਨੂੰ ਰੀਟਵੀਟ ਕਰਕੇ, ਇਹਨਾਂ ਨੂੰ ਚੰਬੜਾਓ ਨਾ, ਇਹ ਦੁੱਕੀ, ਇਹਨਾਂ ਨੇ ਸਾਰੀ ਜ਼ਿੰਦਗੀ ਦੁੱਕੀ ਰਹਿਣਾ, ਠੀਕ ਹੈ। ਜਿਹਨੂੰ ਆਪਾਂ ਲੀਲੀ ਫੀਲੀ ਨਹੀਂ ਕਹਿੰਦੇ, ਲੀਲੀਆਂ ਫੀਲੀਆਂ ਨੇ, ਇਹਨਾਂ ਨੂੰ ਜੇ ਤੁਸੀਂ ਕਮੈਂਟ ਕਰ ਦਿਓ ਨਾ, ਇਹ ਉਸ ਚੀਜ਼ ਨੂੰ ਆਪਦੀ ਚੜ੍ਹਾਈ ਮੰਨਦੇ ਨੇ, ਠੀਕ ਹੈ ਨਾ। ਵੀ ਆਪਦਾ ਤੁਸੀਂ ਇਹਨੂੰ ਇਹਨਾਂ 'ਤੇ ਧਿਆਨ ਨਾ ਦਿਓ, ਇਹ ਜਮੀ ਖਤਮ ਬੰਦੇ ਨੇ, ਜਿਹੜੇ ਜਦੋਂ ਕੋਈ ਇਹੋ ਜਿਹੇ ਕੁਛ ਗਲਤ ਕੰਮ ਬੰਦਾ, ਹੁਣ ਅਸੀਂ ਬੈਠੇ ਹਾਂ, ਅਸੀਂ ਆਪਦੇ ਕੰਮ ਤੱਕ ਕੰਮ ਮਤਲਬ ਆ, ਅਸੀਂ ਕਿਸੇ ਨੂੰ ਬੇਵਕੂਫ਼ ਕਿਸੇ ਤਰੀਕੇ ਨਾਲ ਬੋਲਦੇ ਨਹੀਂ ਹੈਗੇ, ਕੋਈ ਵੀ ਨਹੀਂ ਬੋਲਦਾ, ਠੀਕ ਹੈ ਨਾ। ਇਹ ਜਦੋਂ ਕੋਈ ਬੰਦੇ ਦਾ ਕਿਸੇ ਪਾਸੋਂ ਦੂਜੇ ਪਾਸੋਂ ਫਲੋਪ ਹੋਣ ਲੱਗ ਜਾਂਦੇ ਨੇ ਜਾਂ ਕੋਈ ਇਹਨਾਂ ਦਾ ਊਂ ਤਾਮ ਸ਼ਾਮ ਨਹੀਂ ਚੱਲਦਾ, ਫਿਰ ਸਾਲੇ ਇਹੋ ਜਿਹੀਆਂ ਕਰਤੂਤਾਂ ਕਰਦੇ ਨੇ। ਮੈਂ ਤੁਹਾਨੂੰ ਵੀ ਜਿੰਨੇ ਮੇਰੇ ਵੀਰ ਭਰਾ ਇੱਥੇ ਲਾਈਵ 'ਚ 45,000 ਬੰਦਾ ਦੇਖ ਰਿਹਾ, ਤੁਸੀਂ ਵੀ ਯਾਰ ਇਹਨਾਂ ਨੂੰ ਇੰਨੀ ਇੰਪੋਰਟੈਂਸ ਨਾ ਦਿਆ ਕਰੋ, ਕਮੈਂਟ ਨਾ ਦਿਆ ਕਰੋ। ਉਹ ਜਿਹਨਾਂ ਨੂੰ ਊਂ ਸ਼ਰਮ ਨਹੀਂ ਹੈਗੀ, ਜਿਹਨਾਂ ਨੂੰ ਆਪਣੀ ਜ਼ਮੀਨਾਂ ਦੀ ਸ਼ਰਮ ਨਹੀਂ, ਉਹਨਾਂ ਨੂੰ ਤੁਹਾਡੀਆਂ ਗਾਲਾਂ ਦੀ ਸ਼ਰਮ ਕਿੱਥੇ ਹੋਊਗੀ, ਠੀਕ ਹੈ। ਅਤੇ ਆਪਦਾ ਕੰਮ ਤੱਕ ਮਤਲਬ ਰੱਖੋ ਵੀਰੇ, ਆਪਾਂ ਪ੍ਰੋਟੈਸਟ ਕਰਦੇ ਹਾਂ ਜੇ ਆਪਾਂ ਕਮੈਂਟ ਕਰਨਾ ਵੀ ਹੈ, ਠੀਕ ਹੈ, ਜਾਂ ਕੁਛ ਤੁਸੀਂ ਲਿਖਣਾ ਚਾਹੁੰਦੇ ਵੀ ਹੋ, ਕਿਸਾਨਾਂ ਦੇ ਹੱਕ 'ਚ ਲਿਖਣਾ ਚਾਹੁੰਦੇ ਹੋ, ਤਾਂ
ਹੋਰ ਬਹੁਤ ਚੀਜ਼ਾਂ ਨੇ ਡਾਰਲਿੰਗ, ਹੈ ਨਾ, ਕਵਿਤਾਵਾਂ ਲਿਖੋ ਕੁਛ, ਉਹਨਾਂ ਨੂੰ ਹੌਸਲਾ ਅਫਜਾਈ ਕਰਨ ਲਈ ਚੀਜ਼ੋ, ਇਹਨਾਂ ਦੁੱਖੀਆਂ ਨਾਲ ਮੱਥਾ ਨਾ ਮਾਰੋ। ਇਹ ਤਾਂ ਇਹ ਚਾਹੁੰਦੇ ਨੇ, ਇਸ ਚੀਜ਼ ਨੂੰ ਚੜ੍ਹਾਈ ਮੰਨਦੇ ਨੇ ਵੀ ਸਾਨੂੰ ਕੋਈ ਪੰਜਾਬ ਦਾ 1000 ਬੰਦਾ ਗਾਲ ਕੱਢ ਰਿਹਾ ਵੀ ਮੇਰੇ ਦੇਖੋ ਸਵੇਰੇ ਦਿਖਾਉਂਦੀ ਹੋਊਗੀ ਚਾਹ ਪੀ ਕੇ ਵੀ ਹਾਂ ਦੇਖੋ ਮੇਰੇ ਇਤਨੇ ਕਮੈਂਟ ਆ ਗਏ। ਇਹ ਤਾਂ ਚਾਵਲਾਂ ਨੇ, ਚਾਵਲਾਂ ਵਿੱਚ ਨਹੀਂ ਮੱਥਾ ਮਾਰੀਦਾ ਹੁੰਦਾ, ਠੀਕ ਹੈ ਨਾ, ਵੀ ਆਪਦਾ ਕੰਮ ਕਰੋ। ਬਾਕੀ ਇਹ ਸਾਰਾ ਡਿਸਟ੍ਰੈਕਟ ਕਰਨ ਨੂੰ ਹੁੰਦਾ, ਕੌਣ ਕੀ ਬੋਲਦਾ ਕਿ ਅਸੀਂ ਝੂਠੇ ਹਾਂ ਜਾਂ ਸੱਚੇ ਹਾਂ, ਸਾਡਾ ਰੱਬ ਜਾਣਦਾ। ਸਾਨੂੰ ਕਿਸੇ ਨੂੰ ਕਲੀਅਰ ਕਰਨ ਦੀ ਲੋੜ ਨਹੀਂ, ਅਸੀਂ ਟੈਰਿਸਟ ਹੈਗੇ ਹਾਂ ਜਾਂ ਨਹੀਂ ਹੈਗੇ, ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ, ਠੀਕ ਹੈ ਨਾ। ਅਤੇ ਬਾਕੀ ਬਸ ਇੰਨੀ ਕੁ ਗੱਲ ਕਰਦਾ, ਖਿਮਾ ਮੰਗਦਾ ਬਾਈ। ਬਾਕੀ ਆਪਣਾ ਧਿਆਨ ਰੱਖਿਓ, ਸਾਰੇ ਲਵ ਯੂ, ਸਾਰਿਆਂ ਨੂੰ ਖਿਆਲ ਰੱਖਿਓ ਆਪਣਾ। ਸਤਿ ਸ਼੍ਰੀ ਅਕਾਲ।